ਬੋ ਦਾ ਮਹੀਨਾ ਉਪਰੋ ਸਿਰ ਉੱਤੇ ਛੱਤ ਨਹੀਂ। ਇਸ ਬੇਬਸ ਮਾਂ ਦੀ ਹਾਲਤ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਹੜੇ ਸਮੇਂ ਦੀ ਮਾਰ ਇਸ ਬੇਬਸ ਮਾਂ ਉੱਤੇ ਆ ਟੁੱਕੀ ਹੈ। ਪਤੀ ਦੀ ਮੌਤ ਹੋ ਚੁੱਕੀ ਹੈ, ਦੋ ਪੁੱਤਰ ਜਿਨ੍ਹਾਂ ਦੇ ਵਿੱਚੋਂ ਇੱਕ ਦੁਨੀਆਂ ਤੋਂ ਹੀ ਚੱਲ ਬਸਿਆ ਅਤੇ ਦੂਜਾ ਪੁੱਤ ਨਾ ਹੁੰਦਿਆਂ ਦੇ ਹੀ ਬਰਾਬਰ ਹੈ। ਨਸ਼ੇ ਨੇ ਬੇਬਸ ਮਾਂ ਦੇ ਪੁੱਤ ਨੂੰ ਜਕੜ ਕੇ ਰੱਖ ਲਿਆ ਅਤੇ ਜਿੱਥੇ ਇੱਕ ਪਾਸੇ ਪੁੱਤ ਨੂੰ ਹਮੇਸ਼ਾ ਨਸ਼ੇ ਦੀ ਤੋੜ ਲੱਗੀ ਰਹਿੰਦੀ ਹੈ, ਉੱਥੇ ਹੀ ਬਜ਼ੁਰਗ ਮਾਂ ਵੀ ਗਰੀਬੀ ਦੇ ਵਿੱਚ ਆਏ ਦਿਨ ਪਿਸ ਰਹੀ ਹੈ। ਨਸ਼ੇ 'ਚ ਡੁੱਬੇ ਪੁੱਤ ਵੱਲੋਂ ਆਪਣੇ ਨਸ਼ੇ ਦੀ ਤੋੜ ਨੂੰ ਪੂਰਾ ਕਰਨ ਦੇ ਲਈ ਘਰ ਦਾ ਸਾਰਾ ਸਮਾਨ ਹੀ ਵੇਚ ਦਿੱਤਾ ਹੈ ਅਤੇ ਹੁਣ ਇਹ ਬੇਬਸ ਮਾਂ ਡੰਗਰਾਂ ਦੇ ਵਾੜੇ ਦੇ ਵਿੱਚ ਰਹਿਣ ਲਈ ਮਜਬੂਰ ਹੋ ਚੁੱਕੀ ਹੈ। ਹੁਣ ਇਸ ਮਾਂ ਕੋਲ ਨਾ ਤਾਂ ਸਿਰ ਉੱਤੇ ਛੱਤ ਹੈ ਅਤੇ ਨਾ ਹੀ ਕੋਈ ਕਮਾਈ ਦਾ ਸਾਧਨ ਹੈ। ਲੋਕਾਂ ਦੇ ਘਰ ਜੁੱਠੇ ਭਾਂਡੇ ਮਾਂਝ ਕੇ ਸਵੇਰ ਤੋਂ ਸ਼ਾਮ ਤੱਕ ਦੀ ਰੋਟੀ ਦਾ ਦੋ ਟੁੱਕ ਕਰਦੀ ਹੈ, ਪਰ ਯਕੀਨਨ ਇਸ ਬਜ਼ੁਰਗ ਮਾਂ ਨੂੰ ਦੇਖ ਕੇ ਅੱਖਾਂ ਦੇ ਵਿੱਚੋਂ ਅੱਥਰੂ ਆ ਜਾਂਦੇ ਨੇ, ਕਿਉਂਕਿ ਜਿੱਥੇ ਪੁੱਤ ਬਜ਼ੁਰਗ ਮਾਪਿਆਂ ਦਾ ਸਹਾਰਾ ਬਣਦੇ ਨੇ, ਪਰ ਉੱਥੇ ਹੀ ਇਹ ਬੇਬਸ ਮਾਂ ਆਪਣੇ ਪੁੱਤ ਨੂੰ ਸੰਭਾਲ ਰਹੀ ਹੈ। ਕਰਮਾਂ ਦੀ ਮਾੜੀ ਮਾਂ ਆਪਣੇ ਦੁਖੀ ਹਿਰਦੇ ਨਾਲ ਕੀ ਕੁਝ ਬਿਆਨ ਕਰਦੀ ਹੈ, ਸੁਣ ਕੇ ਰੂਹ ਕੰਬ ਉੱਠੇਗੀ। ਬਹੁਤ ਮਾੜੇ ਹਾਲ ਇੱਕ ਆਪਣੇ ਕਰਦਾ ਸੀ, ਵੱਡਾ ਜਾਂਦਾ ਸੀ ਆਪਣੇ ਸਕੂਲਾਂ 'ਚ ਜਾਂਦਾ ਸੀ ਅਤੇ ਇਹ ਇਸ ਤਰ੍ਹਾਂ ਦਿਹਾੜੀ ਧੱਪਾ ਕਰਦਾ ਸੀ। ਹਾਂਜੀ, ਅਤੇ ਕੋਈ ਹਾਲ ਮਾੜੇ ਅਤੇ ਕਿ ਹੁਣ ਇਹ ਤਾਂ ਥੋੜ੍ਹਾ ਹੀ ਮਾਂ ਪਿਓ ਥੋੜ੍ਹਾ ਆਉਂਦਾ ਸੀ ਵੀ ਨਸਾ ਸਾਡਾ ਪੁੱਤ ਕਰੇ, ਕੋ ਬਾਲੇ ਬਾਲ ਲਏ ਅਤੇ ਕੁਛ ਵੇਚ ਲਏ ਦੇਖੋ ਬਸ। ਭਾਅ ਜੀ ਮਨੇ ਬੜਾ ਕਰਦੇ ਰਹੇ, ਡੱਕਦੇ ਰਹੇ, ਰੋਂਦੀ ਵੀ ਰਹਿਣਾ, ਕੋਈ ਹਾਲਤ ਨਹੀਂ ਉਹਨੇ ਵੇਖੀ। ਇੱਥੇ ਸੋਣਾ ਕਿੱਥੇ, ਇੱਥੇ ਸੋਈਦਾ, ਪਹਿਲਾਂ ਬਾਹਰ ਸੌਂਦੇ ਰਹੇ ਤੇ ਹੁਣ ਇੱਥੇ ਸੋਈਦਾ। ਜਿਹੜੇ ਹਾਲਤ ਉਹਦੇ ਮਾੜੇ ਆ ਉਹਦੇ ਕਰਕੇ ਨੇੜੇ ਵੀ ਨਾਲ ਨੇੜੇ ਆ, ਨੇੜੇ ਵੀ ਨਾਲ ਹੀ ਆ। ਗੁਆਂਢੀ ਵੀ ਮਾਂ ਦੇ ਦਰਦ ਨੂੰ ਸਮਝਦੇ ਹੋਏ ਇਹ ਬਿਆਨ ਕਰ ਰਿਹਾ ਕਿ ਅਸੀਂ ਵੀ ਕਿੰਨੀ ਵਾਰ ਨਸ਼ੇ ਵਾਲੀ ਹਾਲਤ ਦੇ ਵਿੱਚ ਇਸਦਾ ਪੁੱਤ ਹੋਣ ਕਰਕੇ ਇਸਨੂੰ ਘਰ ਦੇ ਅੰਦਰ ਢੱਕਿਆ, ਪਰ ਮਜਬੂਰਨ ਬੇਬਸ ਮਾਂ ਵੀ ਕੀ ਕਰੇ। ਮਾਂ ਦਾ ਹਾਲਾਤ ਤੁਹਾਡੇ ਸਾਹਮਣੇ, ਤੁਸੀਂ ਵੀ ਵੀਡੀਓ ਬਣਾ ਲਈ ਆ, ਵੇਖ ਲਿਆ ਸਾਰਾ ਕੁਝ, ਸਾਰਾ ਯਾਨੀ ਕਿ ਬੜੇ ਵਧੀਆ ਦੋ ਕਮਰਿਆਂ 'ਚ ਰਹਿੰਦੇ, ਦੋ ਕਮਰੇ ਬਾਥਰੂਮ ਬਣਿਆ ਸੀ, ਇੱਥੋਂ ਵਲਗਣ ਵੀ ਹੋਈ ਥੋੜ੍ਹੀ ਜਿਹੀ ਇਹਨਾਂ ਦੀ, ਜੋ ਕਿ ਸਾਰੀ ਨਸ਼ੇ ਦੀ ਪੂਰਤੀ 'ਚ ਸਾਰਾ ਕੁਝ ਯਾਨੀ ਕਿ ਇਹਨਾਂ ਦਾ ਬੇਟਾ ਜਿਹੜਾ ਸੀ ਵੇਚ ਕੇ ਅਤੇ ਖਾ ਗਿਆ। ਇਹਨਾਂ ਨੇ ਡੱਕਿਆ ਵੀ ਹੋਊ, ਪਰ ਤੁਹਾਨੂੰ ਪਤਾ ਜਨਾਨੀ ਕੋਲ ਡੱਕਿਆ ਨਹੀਂ ਰਹਿੰਦਾ। 80% ਤਾਂ ਮੇਰੇ ਅੰਦਰ ਡਰ ਆ ਵੀ ਕੋਈ ਆ ਕੇ ਮੈਨੂੰ ਕਹਿ ਸਕਦਾ ਵੀ ਹਾਂ ਤੂੰ ਕੌਣ ਹੁੰਦਾ ਸਾਡੇ ਨਸ਼ੇ ਬਾਰੇ ਬੋਲਣ ਵਾਲਾ। ਠੀਕ ਹੈ, ਅਤੇ ਮਾਤਾ ਦੇ ਤੁਸੀਂ ਮਾਤਾ ਕੋਲ ਵੀ ਪੁੱਛ ਸਕਦੇ ਜੋ ਵੀ ਇਹੋ ਜਿਹੇ ਬੰਦੇ ਇਹਦੇ ਪਿੰਡ 'ਚ ਹੈਗੇ ਕਿ ਨਹੀਂ ਹੈਗੇ ਜਿਹੜੇ ਧਮਕੀ ਜਾਂਦੇ ਇਹਨੂੰ ਤਿਆਰ। ਜਿੰਨਾ ਬੱਚਿਆਂ ਦੇ ਮਾਂ ਪਿਓ ਨਸ਼ਾ ਬੱਚਿਆਂ ਪਿਓ ਬੱਚੇ ਨਸ਼ਾ ਵੇਚਦੇ ਆ ਨਾ, ਉਹਨਾਂ ਉਹ ਵੀ ਸਾਥ ਦੇਣ ਤਾਂ ਫਿਰ ਹੀ ਨਸ਼ਾ ਹਟ ਸਕਦਾ। ਜੇ ਉਹੀ ਮਾਂ ਪਿਓ ਬੱਚਿਆਂ ਦਾ ਸਾਥ ਦੇ ਜਾਂਦੇ ਜੋ ਪੁਲਿਸ ਫੜ ਕੇ ਲੈ ਜਾਂਦੀ ਆ, ਉਹੀ ਸਿਫਾਰਸ਼ਾਂ ਪਾਉਂਦੇ ਜਾ ਕੇ ਵੀ ਸਾਡੇ ਬੱਚੇ ਨੂੰ ਛਡਾ ਲਿਓ। ਇਸ ਦੇ ਨਾਲ ਹੀ ਉਹਨਾਂ ਨੇ ਸਰਕਾਰਾਂ ਉੱਤੇ ਵੀ ਵੱਡੇ ਸਵਾਲ ਖੜੇ ਕੀਤੇ ਨੇ। ਬਾਹਰੋਂ ਆ ਕੇ ਤੇ ਨਸ਼ਾ ਖੜਦੇ ਤਾਂ ਕੀ ਹਾਲ ਹੋਣਗੇ ਸਾਡੇ ਪਿੰਡ ਦੇ, ਉਹ ਵੀ ਮੈਨੂੰ ਅੱਜ ਪਤਾ ਲੱਗਾ, ਪਹਿਲਾਂ ਨਹੀਂ ਮੈਨੂੰ ਪਤਾ। ਇਹ ਮੁੰਡਾ ਅੱਜ ਮੈਨੂੰ ਕਹਿੰਦਾ ਕਹਿੰਦਾ ਵੀ ਸਰਪੰਚਾਂ ਨੂੰ ਕਹਿ ਤੇ ਕੁਝ ਗੱਲ, ਮੈਂ ਕਿਹਾ ਮੈਂ ਹੀ ਕੀ ਕਹਿ ਸਕਦੇ। ਜ਼ਿਕਰ ਇਹੀ ਹੈ ਕਿ ਜਿੱਥੇ ਇੱਕ ਪਾਸੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਗੱਲ ਕੀਤੀ ਜਾਂਦੀ ਹੈ, ਪਰ ਉੱਥੇ ਹੀ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਨਸ਼ੇ ਦੇ ਵਿੱਚ ਡੁੱਬ ਚੁੱਕੀ ਹੈ ਅਤੇ ਕਿੰਨੀਆਂ ਹੀ ਮਾਵਾਂ ਦੀਆਂ ਕੁੱਖਾਂ ਸੁਣੀਆਂ ਹੋ ਰਹੀਆਂ ਨੇ। ਆਖਿਰ ਕਦੋਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋਵੇਗਾ ਅਤੇ ਕਦੋਂ ਮਾਵਾਂ ਦੀਆਂ ਕੁੱਖਾਂ 'ਚੋਂ ਜੰਮੇ ਪੁੱਤ ਉਹਨਾਂ ਦੇ ਬੁਢਾਪੇ ਦੇ ਵਿੱਚ ਸਹਾਰਾ ਬਣਨਗੇ। ਬਿਊਰੋ ਰਿਪੋਰਟ।